ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਯੂਐਸਏ ਟੀਵੀ ਮੈਂ ਆ ਤੁਹਾਡੇ ਨਾਲ ਪਰਨ ਕੋਰਮਾਨ ਪਹਿਲਾ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਹਮਲਾ ਬੈਂਜਾਮਿਨ ਇਤਨਾਯੂ ਬੋਲੇ ਨੇ ਕਿ ਅਸੀਂ ਟੁਕਮਾ ਜਵਾਬ ਦੇਣ ਦੇ ਲਈ ਤਿਆਰ ਆ ਅਮਰੀਕਾ ਨੇ ਇਰਾਨ ਦੇ ਹਮਲੇ ਨੂੰ ناکਾਮ ਕਰਨ ਦੇ ਵਿੱਚ ਇਜ਼ਰਾਈਲ ਦੀ ਮਦਦ ਕੀਤੀ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਜਿਹੜਾ ਹੈ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਕੀਤੀ ਹੈ ਮੁਲਾਕਾਤ ਕੀਤੀ ਹੈ ਮੀਟਿੰਗ ਇਜ਼ਰਾਈਲ ਤੇ ਈਰਾਨੇ ਹਮਲਾ ਸ਼ੁਰੂ ਭਾਰਤ ਦੇ 21.1 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਵਿਧਿਆ ਸੰਕਟ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਦਿੱਤੀ ਚੇਤਾਵਨੀ ਅਮਰੀਕਾ ਦੀ ਮੋਸਟ ਵੌਂਟਡ ਸੂਚੀ ਵਿੱਚ ਭਾਰਤੀ ਨੌਜਵਾਨ ਦਾ ਨਾਮ ਰੱਖਿਆ ਗਿਆ ਹੈ 2.5 ਲੱਖ ਡਾਲਰ ਦਾ ਇਨਾਮ ਅਮਰੀਕਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਦਸੂਹਾ ਦੇ ਨੌਜਵਾਨ ਦੀ ਮੌਤ ਪਰਿਵਾਰਾਂ ਦੇ ਸਨ ਇਕਲੋਤੇ ਅਮਰੀਕਾ ਚ ਸਿਰੋਂ ਜੁੜੇ ਦੁਨੀਆ ਦੇ ਸਭ ਤੋਂ ਉਮਰ ਦਰਾਜ ਭੈਣ ਭਰਾ ਦੀ 62 ਸਾਲ ਦੀ ਉਮਰ ਚ ਹੋਈ ਐ ਮੌਤ ਡਾਕਟਰਾਂ ਨੂੰ ਸਾਬਤ ਕੀਤਾ ਗਲਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਜਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਇਰਾਨ ਨੇ ਸ਼ਨੀਵਾਰ ਦੇਰ ਰਾਤ ਇਜ਼ਰਾਈਲੀ ਖੇਤਰ ਤੇ ਆਪਣਾ ਪਹਿਲਾ ਸਿੱਧਾ ਹਮਲਾ ਕੀਤਾ ਸੀ ਇਰਾਨ ਨੇ ਇਜ਼ਰਾਈਲ ਤੇ ਮਿਜ਼ਾਇਲਾਂ ਦਾਕੀਆਂ ਸਨ ਜਿਸ ਨਾਲ ਵੱਡੇ ਪੱਧਰ ਤੇ ਤਣਾਅ ਵਧ ਗਿਆ ਰਾਈਟਰਸ ਦੇ ਮੁਤਾਬਕ ਇਜ਼ਰਾਈਲ ਦੇ ਵਿੱਚ ਦੇਰ ਰਾਤ ਅਚਾਨਕ ਸਾਇਰਨ ਵੱਜਣ ਲੱਗੇ ਤੇ ਫਿਰ ਭਾਰੀ ਗਰਜ ਅਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਸੀ ਜਦੋਂ ਤੱਕ ਇਹ ਖਬਰ ਪੜ੍ਹੀ ਗਈ ਸੀ ਇਜ਼ਰਾਈਲ ਨੇ ਕਿਹਾ ਕਿ ਇਰਾਨ ਤੋਂ 100 ਤੋਂ ਵੱਧ ਡਰੋਨ ਲਾਂਚ ਕੀਤੇ ਗਏ ਨੇ ਇਸ ਦੇ ਨਾਲ ਹੀ ਇਰਾਨ ਦੇ ਦੁਆਰਾ ਇਜ਼ਰਾਈਲ ਤੇ ਕੀਤੇ ਗਏ ਮਜ਼ਾਈਲੀ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੇ ਰੱਖਿਆਾਤਮਕ ਅਤੇ ਹਮਲਾਵਾਰ ਤਰੀਕੇ ਨਾਲ ਜਵਾਬ ਦੇਣ ਦੀ ਸੌਖਾ ਦਿੱਤੀ ਹੈ ਅਤੇ ਕਿਹਾ ਕਿ ਇਜ਼ਰਾਈਲ ਸਾਲਾਂ ਤੋਂ ਈਰਾਨ ਦੇ ਦੁਆਰਾ ਸਿੱਧੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਸਾਡੀਆਂ ਰੱਖਿਆਾਤਮਕ ਪ੍ਰਣਾਲੀਆਂ ਤਾਇਨਾਤ ਨੇ ਨੇਤਨਯਾਹੁ ਨੇ ਇਜ਼ਰਾਈਲ ਦੇ ਪੀਐਮਓ ਦੇ ਦੁਆਰਾ ਟਵਿੱਟਰ ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ ਰੱਖਿਆਤਮਕ ਅਤੇ ਹਮਲਾਵਾਰ ਤੋਂ ਮੈਂ ਇਜ਼ਰਾਈਲ ਰਾਜ ਮਜ਼ਬੂਤ ਹੈ ਆਈਡੀਐਫ ਮਜ਼ਬੂਤ ਹੈ ਲੋਕ ਮਜ਼ਬੂਤ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਨਾਲ ਖੜੇ ਅਮਰੀਕਾ ਦੇ ਨਾਲ ਨਾਲ ਬ੍ਰਿਟੇਨ ਫਰਾਂਸ ਅਤੇ ਹੋਰ ਕਈ ਦੇਸ਼ਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ ਨਿਤਨਯਾਉ ਨੇ ਮੁੜ ਦੁਹਰਾਇਆ ਕਿ ਜੋ ਕੋਈ ਸਾਨੂੰ ਨੁਕਸਾਨ ਪਹੁੰਚਾਏਗਾ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਵਾਂਗੇ ਅਸੀਂ ਕਿਸੇ ਵੀ ਖਤਰੇ ਤੋਂ ਆਪਣੀਆਂ ਰੱਖਿਆ ਕਰਾਂਗੇ ਤੇ ਇਮਾਨਦਾਰੀ ਅਤੇ ਦ੍ਰਿੜਤਾ ਦੇ ਨਾਲ ਅჯੀਹਾ ਕਰਾਂਗੇ ਨਾਲ ਹੀ ਇਜ਼ਰਾਈਲੀ ਲੋਕਾਂ ਨੂੰ ਕਿਹਾ ਹੈ ਕਿ ਅਸੀਂ ਪਰਮਾਤਮਾ ਦੀ ਮਦਦ ਨਾਲ ਇਕੱਠੇ ਖੜੇ ਹੋਵਾਂਗੇ ਅਤੇ ਮਿਲ ਕੇ ਆਪਣੇ ਸਾਰੇ ਦੁਸ਼ਮਣਾਂ ਨੂੰ ਜਿੱਤਾਂਗੇ ਇਰਾਨ ਨੇ ਦਮਿਸ਼ਕ ਵਿੱਚ ਆਪਣੇ ਦੂਤਕਰਤੇ ਹਵਾਈ ਹਮਲੇ ਦੇ ਕੁਝ ਦਿਨ ਬਾਅਦ ਐਤਵਾਰ ਨੂੰ ਇਜ਼ਰਾਈਲ ਤੇ ਆਪਣਾ ਪਹਿਲਾ ਸਿੱਧਾ ਹਮਲਾ ਕੀਤਾ। ਦੇਸ਼ ਨੇ ਇਜ਼ਰਾਈਲ ਵੱਲ ਡਰੋਨ ਅਤੇ ਮਿਜ਼ਾਈਲਾਂ ਦੀ ਇੱਕ ਬੈਰਾਜ ਲਾਂਚ ਕੀਤੀ ਹੈ ਜਿਸ ਨਾਲ ਮੱਧ ਪੂਰਬੀ ਖੇਤਰ ਵਿੱਚ ਇੱਕ ਵੱਡੇ ਸੰਕਟ ਦਾ ਖਤਰਾ ਹੈ ਜੋ ਕਿ ਗਾਜ਼ਾ ਵਿੱਚ جنگ ਕਾਰਨ ਪਹਿਲਾਂ ਹੀ ਤਣਾਅ ਵਿੱਚ ਹੈ। ਸੰਯੁਕਤ ਰਾਜ ਨੇ ਇਸ ਤਰ੍ਹਾਂ ਇਜ਼ਰਾਈਲ ਦੀ ਸੁਰੱਖਿਆ ਲਈ ਆਪਣੇ ਲੋਹੇਬੰਦ ਸਮਰਥਨ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਖਤਰਿਆਂ ਦੇ ਵਿਰੁੱਧ ਦੇਸ਼ ਦੀ ਰੱਖਿਆ ਵਿੱਚ ਸਹਾਇਤਾ ਕਰਨ ਦੀ ਸੌਂਖਾਦੀ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਦੇ ਹਮਲੇ ਨੂੰ ناکਾਮ ਕਰਨ ਦੇ ਵਿੱਚ ਇਜ਼ਰਾਈਲ ਦੀ ਮਦਦ ਕੀਤੀ ਹੈ ਈਰਾਨ ਵੱਲੋਂ ਇਜ਼ਰਾਈਲ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ واਸ਼ਿੰਗਟਨ ਡੀਸੀ ਵਿੱਚ ਆਪਣੀ ਰਾਸ਼ਟਰੀ ਟੀਮ ਨਾਲ ਉਹਨਾਂ ਨੇ ਮੀਟਿੰਗ ਕੀਤੀ ਬਾਈਡਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੇਰੇ ਨਿਰਦੇਸ਼ਾਂ ਤੇ ਇਜ਼ਰਾਈਲ ਦੀ ਰੱਖਿਆ ਦਾ ਸਮਰਥਨ ਕਰਨ ਦੇ ਲਈ ਅਮਰੀਕੀ ਫੌਜ ਨੇ ਪਿਛਲੇ ਹਫਤੇ ਦੇ ਦੌਰਾਨ ਖੇਤਰ ਦੇ ਵਿੱਚ ਹਵਾਈ ਜਹਾਜ਼ ਅਤੇ ਬੈਲਿਸਟਿਕ ਮਿਜ਼ਾਈਲ ਰੱਖਿਆ ਵਿਨਾਸ਼ਕਾਰੀ ਪੇਚੇ ਨੇ ਇਜ਼ਰਾਈਲ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਰੀ ਨੇ ਕਿਹਾ ਕਿ ਈਰਾਨ ਨੇ 200 ਤੋਂ ਵੱਧ ਡਰੋਨ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਲਾਂਚ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਪ੍ਰੋਜੈਕਟਾਈਲਾਂ ਨੂੰ ਰੋਕ ਦਿੱਤਾ ਹੈ ਹਮਲੇ ਵਿੱਚ ਇੱਕ ਲੜਕੀ ਜ਼ਖਮੀ ਹੋ ਗਈ ਹੈ ਇੱਕ ਫੌਜੀ ਅੱਡੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਈਰਾਨ ਨੇ ਕਿਹਾ ਕਿ ਇਹ ਇਜ਼ਰਾਈਲੀ ਅਪਰਾਧਾਂ ਦੀ ਸਜ਼ਾ ਸੀ ਇਹ 1 ਅਪ੍ਰੈਲ ਨੂੰ ਦਮਿਸ਼ਕ ਦੇ ਵਣਜ ਦੂਤਕਰਦੇ ਹਮਲੇ ਦਾ ਹਵਾਲਾ ਦੇ ਰਿਹਾ ਸੀ ਜਿਸ ਵਿੱਚ ਜਰਨਲਾਂ ਸਮੇਤ ਇਸਤੇ ਸੱਤ ਉੱਚ ਅਧਿਕਾਰੀ ਮਾਰੇ ਗਏ ਇਜ਼ਰਾਈਲ ਨੇ ਹਮਲੇ ਦੇ ਵਿੱਚ ਆਪਣੀ ਸ਼ਮੂਲੀਅਤ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ ਸੰਯੁਕਤ ਰਾਸ਼ਟਰ ਦੇ ਵਿੱਚ ਈਰਾਨੀ ਮਿਸ਼ਨ ਨੇ ਕਿਹਾ ਕਿ ਜੇ ਇਜ਼ਰਾਈਲੀ ਸ਼ਾਸਨ ਇੱਕ ਹੋਰ ਗਲਤੀ ਕਰੇਗਾ ਤਾਂ ਈਰਾਨ ਦਾ ਜਵਾਬ ਕਾਫੀ ਜ਼ਿਆਦਾ ਗੰਭੀਰ ਹੋਣ ਵਾਲਾ ਹੈ ਅਮਰੀਕਾ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੰਦੇ ਹੋਏ ਇਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸਿੱਟਾ ਸਮਝਿਆ ਜਾਣਾ ਚਾਹੀਦਾ ਹੈ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਤੇ ਬ੍ਰਿਟਿਸ਼ ਲੜਾਕੂ ਜਹਾਜ਼ਾਂ ਨੇ ਇਰਾਕ ਸੀਰੀਆ ਸਰਹਾਦ ਤੇ ਇਜ਼ਰਾਈਲ ਜਾਣ ਵਾਲੇ ਡਰੋਨਾਂ ਨੂੰ ਡੇਕ ਦਿੱਤਾ ਜਾਰਡਨ ਨੇ ਆਪਣੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਡਰੋਨਾਂ ਨੂੰ ਗੋਲੀ ਮਾਰ ਦਿੱਤੀ ਇਰਾਨ ਨੇ ਇਜ਼ਰਾਈਲ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਮਰੀਕੀ ਖੂਫੀਆ ਏਜੰਸੀਆਂ ਦੀ ਇਸ ਚੇਤਾਵਨੀ ਤੋਂ ਬਾਅਦ ਮੱਧ ਪੂਰਬ ਅਤੇ ਏਸ਼ੀਆ ਸਮੇਤ ਦੁਨੀਆ ਭਰ ਚਤਨਾਵ ਵਧ ਗਿਆ ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹਮਲਾ ਨਾ ਕਰਨ ਦੇ ਲਈ ਕਿਹਾ ਤੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਇਜ਼ਰਾਈਲ ਦੀ ਰੱਖਿਆ ਕਰਾਂਗੇ ਇਜ਼ਰਾਈਲ ਨੇ ਇਹ ਵੀ ਕਹਿ ਕੇ ਜੇਕਰ ਹਮਲਾ ਹੋਇਆ ਤਾਂ ਇਰਾਨ ਨੂੰ ਨਤੀਜੇ ਭੁਗਤਣੇ ਪੈਣਗੇ ਸਕੂਲ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਨੇ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਇਸ ਜੰਗ ਦੀ ਅੱਗ ਦਾ ਸੇਕ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਪਹੁੰਚੇਗਾ ਜੇਕਰ ਇਹ ਟਕਰਾ ਦੂਜੇ ਦੇਸ਼ਾਂ ਵਿੱਚ ਫੈਲਦਾ ਹੈ ਤਾਂ ਭਾਰਤ ਤੇ ਇਸ ਦਾ ਡੂੰਗਾ ਪ੍ਰਭਾਵ ਪੈ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਵਪਾਰਕ ਸਬੰਧ ਨੇ ਦੋਵੇਂ ਦੇਸ਼ਾਂ ਨਾਲ ਭਾਰਤ ਦਾ ਵਪਾਰ ਪਿਛਲੇ ਸਾਲ ਕਰੀਬ 1.1 ਲੱਖ ਕਰੋੜ ਰੁਪਏ ਦਾ ਸੀ ਇਹਨਾਂ ਵਿੱਚੋਂ ਈਰਾਨ ਦੇ ਨਾਲ ਲਗਭਗ 20800 ਕਰੋੜ ਰੁਪਏ ਦਾ ਕਾਰੋਬਾਰ ਸ਼ਾਮਲ ਹੈ ਭਾਰਤ ਈਰਾਨ ਨੂੰ ਚਾਹ ਕੌਫੀ ਅਤੇ ਖੰਡ ਵੇਚਦਾ ਹੈ ਪਿਛਲੇ ਸਾਲ ਈਰਾਨ ਨੂੰ ਲਗਭਗ 15300 ਕਰੋੜ ਰੁਪਏ ਦਾ ਨਿਰਯਾਤ ਕੀਤਾ ਗਿਆ ਸੀ ਇਸ ਦੇ ਨਾਲ ਹੀ ਅਸੀਂ ਈਰਾਨ ਤੋਂ ਪੈਟਰੋਲੀਅਮ ਕੋਕ ਨਰਟਸ ਅਤੇ ਸਾਈਕਲ ਅਲਕੋਹਲ ਸਮੇਤ 5500 ਕਰੋੜ ਰੁਪਏ ਦੀਆਂ ਵਸਤਾਂ ਦੀ ਦਰਾਮਦ ਕੀਤੀ ਹੈ ਭਾਰਤ ਇਰਾਨ ਦੀ ਚਾਬਹਾਰ بندرگاہ ਅਤੇ ਇਸ ਦੇ ਨਾਲ ਨਾਲ ਲੱਗਦੇ ਚਾਬਹਾਰ ਸਪੈਸ਼ਲ ਇੰਡਸਟਰੀਅਲ ਜ਼ੋਨ ਵਿੱਚ ਵੀ ਪਾਈਵਾਲਾ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਭਾਰਤ ਨੇ 2023 ਵਿੱਚ ਇਜ਼ਰਾਈਲ ਨਾਲ ਕਰੀਬ 99000 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਇਸ ਦੇ ਵਿੱਚੋਂ ਕਰੀਬ 70000 ਕਰੋੜ ਰੁਪਏ ਦੀ ਬਰਾਮਦ ਸ਼ਾਮਲ ਹੈ ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਵਿੱਚ ਭਾਰਤੀ ਦੇ ਲੋਕ ਵੱਡੀ ਗਿਣਤੀ ਵਿੱਚ ਰਹਿ ਰਹੇ ਨੇ ਈਰਾਨ ਵਿੱਚ ਲਗਭਗ 4000 ਭਾਰਤ ਦੇ ਲੋਕ ਰਹਿ ਰਹੇ ਨੇ ਇਸ ਦੇ ਨਾਲ ਹੀ ਇਜ਼ਰਾਈਲ ਦੇ ਵਿੱਚ 18500 ਪ੍ਰਵਾਸੀ ਭਾਰਤੀ ਰਹਿ ਰਹੇ ਨੇ ਟਕਰਾਅ ਦੀ ਸਥਿਤੀ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਚੋਟੀ ਦੇ 10 ਸਭ ਤੋਂ ਵੱਧ ਲੜਿੰਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਪਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ ਅਮਰੀਕਾ ਦੀ FBI ਨੇ ਉਸਤੇ 2.5 ਲੱਖ ਡਾਲਰ ਦਾ ਇਨਾਮ ਰੱਖਿਆ ਹੈ FBI ਨੇ X ਤੇ ਪੋਸਟ ਕਰਕੇ ਇਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈ ਅਮਰੀਕਾ ਵਿੱਚ ਰਹਿੰਦੇ ਪਧਰੇਸ਼ ਕੁਮਾਰ ਪਟੇਲ ਨਾਮੀ ਇਸ ਨੌਜਵਾਨ ਨੇ 2015 ਦੇ ਵਿੱਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਤੇ ਉਦੋਂ ਤੋਂ ਉਹ ਭਗੌੜਾ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਸਮੇਂ ਪਧਰੇਸ਼ ਕੁਮਾਰ ਪਟੇਲ ਦੀ ਉਮਰ 24 ਸਾਲ ਸੀ ਪਧਰੇਸ਼ ਅਤੇ ਉਸਦੀ ਪਤਨੀ ਪਲਕ ਦੋਵੇਂ ਅਮਰੀਕਾ ਦੇ ਹੈਨੋਵਰ ਮੈਰੀਲੈਂਡ ਸੂਬੇ ਵਿੱਚ ਸਥਿਤ ਇੱਕ ਡੰਕਿੰਗ ਡੋਨਟਸ ਵਿੱਚ ਕੰਮ ਕਰਦੇ ਸਿਗੇ ਪਧਰੇਸ਼ ਨੇ ਡੰਕਿੰਗ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ ਤੇ ਤੇਜ਼ ਤਾਰ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਸਮੇਂ ਮੌਕੇ ਤੇ ਮੌਜੂਦ ਸਿਗੇ ਕਤਲ ਤੋਂ ਲਗਭਗ 1 ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ਾ ਦੀ ਮਿਆਦ ਵੀ ਖਤਮ ਹੋ ਗਈ ਸੀ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਪਧਰੇਸ਼ ਦੀ ਪਤਨੀ ਪਲਕ ਪਾਰਤ ਜਾਣਾ ਚਾਹੁੰਦੀ ਸੀ ਪਰ ਉਸਦੇ ਪਤੀ ਨੇ ਇਸ ਦਾ ਵਿਰੋਧ ਕੀਤਾ ਜ਼ਿਕਰਯੋਗ ਹੈ ਕਿ ਐਫਬੀਆਈ ਪ드ਰੇਸ਼ ਨੂੰ ਹਥਿਆਰਬੰਦ ਅਤੇ ਬੇहद ਖਤਰਨਾਕ ਅਪਰਾਧੀ ਮੰਨਦੀ ਹੈ ਇਸ ਤੋਂ ਪਹਿਲਾਂ ਵੀ 2017 ਵਿੱਚ ਐਫਬੀਆਈ ਨੇ ਪ드ਰੇਸ਼ ਨੂੰ ਗ੍ਰਿਫਤਾਰ ਕਰਨ ਦੇ ਲਈ ਮਦਦ ਕਰਨ ਦੇ ਲਈ 1 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ ਪਰ ਉਹ ਅਜੇ ਵੀ ਫਰਾਰ ਹੈ ਦਸੂਹਾ ਦੇ ਪਿੰਡ ਟਰਕਿਆਣਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿਖੇ ਬੀਤੇ ਦਿਨੀ ਦੋ ਟਰਾਲਿਆਂ ਦੀ ਭਿਆਨਕ ਟੱਕਰ ਦੌਰਾਨ ਮੌਕੇ ਤੇ ਮੌਤ ਹੋਣ ਦੀ ਖਬਰ ਹੈ ਦਾਸਦੀਏ ਕਿ ਹਾਦਸੇ ਦੇ ਵਿੱਚ ਮਾਰੇ ਗਏ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਤੇ ਸਿਮਰਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੋਵੇਂ ਹੀ ਨੌਜਵਾਨ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਸੀ ਇਸ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਦੋਸਤਾਂ ਨੂੰ ਟਰਾਲੇ ਚੋਂ ਕੱਢਣ 'ਚ ਲਗਭਗ 6 ਤੋਂ 7 ਘੰਟੇ ਦਾ ਸਮਾਂ ਲਗਾ ਮ੍ਰਿਤਕਾਂ ਦਾ ਜੱਦੀ ਪਿੰਡ ਟੇਰਕੀਆਣਾ ਚ ਅੰਤਮ ਸੰਸਕਾਰ ਕੀਤਾ ਗਿਆ ਦੁਨੀਆਂ ਦੇ ਸਭ ਤੋਂ ਉਮਰਦਰਾਜ ਜੁੜਵਾ ਭੈਣ ਭਰਾ ਦੀ ਮੌਤ ਹੋ ਗਈ ਹੈ ਦੋਵੇਂ ਸਿਰੂ ਆਪਸ ਵਿੱਚ ਜੁੜੇ ਹੋਏ ਸੀ ਉਹਨਾਂ ਦੀ ਉਮਰ 80 ਸਾਲ ਸੀ 7 ਅਪ੍ਰੈਲ ਨੂੰ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਉਹਨਾਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਉਹਨਾਂ ਨੂੰ ਸਭ ਤੋਂ ਉਮਰਦਾਰਜ ਇੱਕ ਦੂਜੇ ਨਾਲ ਜੁੜੇ ਜੁੜਵਾ ਭੈਣ ਭਰਾ ਦੱਸਿਆ ਗਿਆ ਸੀ ਲੋਰੀ ਸਪੈਸ਼ਲ ਤੇ ਉਹਨਾਂ ਦੇ ਭਰਾ ਜਾਰਜ ਦਾ ਜਿਹੜਾ ਜਨਮ 18 ਸਤੰਬਰ 1961 ਨੂੰ ਅਮਰੀਕਾ ਦੇ ਪੈਂਸਿਲਵੇਨੀਆ ਸੂਬੇ 'ਚ ਹੋਇਆ ਸੀ ਉਹਨਾਂ ਦੀ ਸ਼ੁਰੂਆਤੀ ਪੜ੍ਹਾਈ ਲਿਖਾਈ ਇੱਕ ਸਰਕਾਰੀ ਸਕੂਲ ਵਿੱਚ ਹੋਈ ਸੀ ਬਾਅਦ ਵਿੱਚ ਉਹਨਾਂ ਨੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਲੋਰੀ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਜਨਮ ਹੋਇਆ ਉਦੋਂ ਡਾਕਟਰਾਂ ਨੇ ਉਹਨਾਂ ਦੇ ਕੇਵਲ 30 ਸਾਲਾਂ ਤੱਕ ਜਿਉਂਦੇ ਰਹਿਣ ਦੀ ਉਮੀਦ ਪ੍ਰਗਟਾਈ ਸੀ ਹਾਲਾਂਕਿ ਉਹਨਾਂ ਨੇ ਡਾਕਟਰਾਂ ਨੂੰ ਗਲਤ ਸਾਬਤ ਕਰ ਦਿਖਾਇਆ ਅਮਰੀਕਾ ਦੇ ਪੈਂਸਿਲਵੇਨੀਆ ਰਾਜ ਦੇ ਫਿਲਾਡਲਫੀਆ ਸ਼ਹਿਰ ਵਿੱਚ ਈਦ ਦੇ ਜਸ਼ਨਾਂ ਦੌਰਾਨ ਹੋਈ ਗੋਲੀਬਾਰੀ 'ਚ ਘੱਟੋ-ਘੱਟ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਆਈ ਸੀ ਜਿਨ੍ਹਾਂ ਵਿੱਚੋਂ ਇੱਕ ਦੇ ਢਿੱਡ ਵਿੱਚ ਵੀ ਗੋਲੀ ਵੱਜੀ ਹੈ। ਘਟਨਾ ਸਮੇਂ ਹਜ਼ਾਰ ਤੋਂ ਵੱਧ ਲੋਕ ਇੱਕ ਦੂਸਰੇ ਨਾਲ ਈਦ ਦੀਆਂ ਖੁਸ਼ੀਆਂ ਜੜੀਆਂ ਸਾਂਝੀਆਂ ਕਰ ਰਹੇ ਸੀ। ਗੋਲੀਬਾਰੀ ਤੋਂ ਬਾਅਦ ਲੋਕਾਂ ਵਿੱਚ ਭਗੜੜ ਮਚ ਗਈ ਸੀ ਤੇ ਉਹ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ-ਉੱਧਰ ਭੱਜਣ ਲੱਗੇ ਸਨ। ਫਿਲਾਡਲਫੀਆ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਜੇ ਬੈਥਲ ਨੇ ਕਿਹਾ ਕਿ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਕਈ ਹਥਿਆਰ ਬਰਾਮਦ ਹੋਏ ਨੇ ਗੋਲੀਬਾਰੀ ਫিলাਡੇਲਫੀਆ ਮਸਜਿਦ ਨੇੜੇ ਦੁਪਹਿਰ 2:30 ਵਜੇ ਦੇ ਆਲੇ-ਦੁਆਲੇ ਹੋਈ ਸੀ ਜਿੱਥੇ ਈਦ ਮਨਾਉਣ ਦੇ ਲਈ ਭਾਰੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਬੈਥਲ ਅਨੁਸਾਰ ਪੁਲਿਸ ਦਾ ਵਿਸ਼ਵਾਸ ਹੈ ਕਿ ਦੋ ਤੜਿਆਂ ਵਿਚਾਲੇ ਗੋਲੀਬਾਰੀ ਪਾਰਕ ਸ਼ੁਰੂ ਹੋਈ ਹੈ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਗ੍ਰਿਫਤਾਰ 15 ਸਾਲਾ ਇੱਕ ਸ਼ੱਕੀ ਨੌਜਵਾਨ ਦੇ ਮੋਢੇ ਤੇ ਲੱਤ ਵਿੱਚ ਵੀ ਗੋਲੀ ਵੱਜੀ ਹੈ ਯਾਨੀ ਕਿ ਉਸਦੇ ਮੋਢੇ ਅਤੇ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਬਾਅਦ ਵਿੱਚ ਹਸਪਤਾਲ ਲਜਾਇਆ ਗਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਪੌਨ ਸਟਾਰ ਸਟ੍ਰੋਮੀ ਡੈਨੀਅਲਸ ਨੂੰ ਪੈਸੇ ਦੇਣ ਦਾ ਵਿਵਾਦ ਅਜੇ ਰੁਕਿਆ ਨਹੀਂ ਹੈ ਜਿੱਥੇ 트੍ਰੰਪ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਉਹਨਾਂ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਹੋਣਾ ਪੈ ਸਕਦਾ ਏ ਇਸ ਮਾਮਲੇ ਨੂੰ ਲੈ ਕੇ 15 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਸੁਣਵਾਈ ਹੈ 트੍ਰੰਪ ਇਸ ਸੁਣਵਾਈ ਨੂੰ ਅੱਗੇ ਵਧਾਉਣ ਦੇ ਲਈ ਤਿੰਨ ਵਾਰ ਅਦਾਲਤ ਨੂੰ ਅਪੀਲ ਕਰ ਚੁੱਕੇ ਨੇ ਅਦਾਲਤ ਨੇ ਉਸ ਦੀਆਂ ਸਾਰੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਸੁਣਵਾਈ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ 15 ਅਪ੍ਰੈਲ ਨੂੰ ਜਿਊਰੀ ਦੀ ਚੋਣ ਦੇ ਨਾਲ ਮੈਨਹਟਨ ਵਿੱਚ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ ਇਹ ਪਹਿਲਾ ਅਪਰਾਧਿਕ ਮੁਕੱਦਮਾ ਹੋਏਗਾ ਜਿਸ ਵਿੱਚ ਕਿਸੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਸ਼ਾਮਿਲ ਕੀਤਾ ਗਿਆ ਇਸ ਮਾਮਲੇ 'ਚ ਪਹਿਲਾ ਸੁਣਵਾਈ ਦੌਰਾਨ 트ੰਪ ਦੇ ਵਕੀਲ ਐਮ ਐਲ ਨੇ ਕਿਹਾ ਸੀਗਾ ਕਿ ਮੁਕਦਮੇ ਦੀ ਸੁਣਵਾਈ ਵਿੱਚ ਦੇਰੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਦੀ ਦੇਖਰੇਖ ਕਰ ਰਹੇ ਜਸਟਿਸ ਜਵਾਨ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਕਰਨ ਦੀ ਬੇਨਤੀ ਕੀਤੀ ਸੀ ਜਿਸ ਨੂੰ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਉਚਾਰਿਆਂ ਨੇ ਗਿਆ 트ੰਪ ਦੇ ਵੱਲੋਂ ਪੌਨਸਟਾਰ ਸਟ੍ਰੋਮੀ ਡੈਨੀਅਲਸ ਨੂੰ ਪੈਸੇ ਦੇਣ ਦਾ ਮਾਮਲਾ 2016 ਦਾ ਹੈ ਦਰਸਲ ਇਹ ਖੁਲਾਸਾ ਹੋਇਆ ਸੀਗਾ ਕਿ 트럼ਪ ਦੇ ਇਸ ਪੌਂਡ ਸਟਾਰ ਨਾਲ ਸੰਬੰਧ ਸੀ ਅਤੇ ਉਹਨਾਂ ਤੇ ਇਸ ਨੂੰ ਲੁਕਾਉਣ ਦੇ ਲਈ ਸਟ੍ਰੌਮੀ ਨੂੰ 1,30,000 ਰੁਪਏ ਦੇਣ ਦਾ ਦੋਸ਼ ਹੈ। ਇਸਟ੍ਰੌਮੀ ਸੀ ਜਿਸਨੇ ਖੁਲਾਸਾ ਕੀਤਾ ਸੀਗਾ ਕਿ 트럼ਪ ਅਤੇ ਉਹਨਾਂ ਦਾ 2006 ਵਿੱਚ ਅਫੇਅਰ ਸੀ। ਪੌਂਡ ਸਟਾਰ ਨੇ ਦੋਸ਼ ਲਗਾਇਆ ਕੈਟ ਟਰੰਪ ਨੇ ਉਹਨਾਂ ਨੂੰ ਟੀਵੀ ਸਟਾਰ ਬਣਾਉਣ ਦਾ ਵਾਅਦਾ ਕਰਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਏ ਸੀ ਹਾਲਾਂਕਿ ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਸਟ੍ਰੋਮੀ ਡੈਨੀਅਲ ਇੱਕ ਅਮਰੀਕੀ ਪੌਨ ਸਟਾਰ ਹੈ ਜੋ ਬਾਲਗ ਫਿਲਮਾਂ ਵਿੱਚ ਕੰਮ ਕਰਦੀ ਹੈ ਸਟ੍ਰੋਮੀ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸਨੇ ਡੋਨਲਡ ਟਰੰਪ ਜਨਕੀ ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਣ ਦਾ ਦੋਸ਼ ਲਗਾਇਆ ਸੀ ਪੌਨ ਸਟਾਰ ਨੇ ਆਪਣੀ ਕਿਤਾਬ ਫੁੱਲ ਡਿਸਕਲੋਜ਼ਰ ਵਿੱਚ ਇਸ ਗੱਲ ਦਾ ਖੁਲਾਸਾ ਵੀ ਕੀਤਾ ਅਮਰੀਕਾ ਦੇ ਇੱਕ ਸਾਬਕਾ ਡਿਪਲੋਮੈਟ ਨੂੰ ਸ਼ੁੱਕਰਵਾਰ ਨੂੰ ਸੰਗੀ ਜੇਲ੍ਹ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ ਕਿਉਂਕਿ ਉਸਨੇ ਕਬੂਲ ਕੀਤਾ ਕਿ ਉਸਨੇ ਕਮਿਊਨਿਸਟ ਕਿਊਬਾ ਲਈ ਇੱਕ ਗੁਪਤ ਏਜੰਟ ਦੇ ਵਜੋਂ ਦਹਾਕੀਆਂ ਤੱਕ ਕੰਮ ਕੀਤਾ ਹੈ 73 ਸਾਲਾ ਮੈਨੂਅਲ ਰੋਚਾ ਨੂੰ ਵਿਦੇਸ਼ੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਸਵੀਕਾਰ ਕਰਨ ਤੋਂ ਬਾਅਦ 5 ਲੱਖ ਡਾਲਰ ਦੇ ਜੁਰਮਾਨੇ ਦਾ ਭੁਗਤਾਨ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਪਵੇਗਾ ਬੇਜ ਜੇਲ੍ਹ ਦੀ ਵਰਦੀ ਪਹਿਨੇ ਰੋਚਾ ਨੇ ਯੂ ਐਸ ਜ਼ਿਲ੍ਹਾ ਅਦਾਲਤ ਦੇ ਜੱਜ ਬੈਥ ਬਲੂਮ ਨੂੰ ਕਿਹਾ ਮੈਂ ਆਪਣਾ ਅਪਰਾਧ ਮੰਨਦਾ ਹਾਂ ਅਤੇ ਆਪਣੀਆਂ ਕਾਰਵਾਈਆਂ ਦੀ ਗੰਭੀਰਤਾ ਨੂੰ ਸਮਝਦਾ ਹਾਂ ਫੈਡਰਲ ਅਧਿਕਾਰੀ ਗੁਪਤ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ ਜਿਸ ਨੂੰ ਪੂਰਾ ਹੋਣ ਵਿੱਚ ਕਈ ਸਾਲ ਲੱਗ ਸਕਦੇ ਨੇ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਪ੍ਰਭਾਵਾਂ ਦਾ ਪੂਰੀ ਤਰ੍ਹਾਂ ਉਲੰਘਣ ਕਰਨ ਦੇ ਲਈ ਖੁਫੀਆਂ ਕਮਿਊਨਿਟੀ ਦੇ ਨਾਲ ਕੰਮ ਕਰਨਾ ਜਾਰੀ ਰੱਖੇਗਾ ਕਟੂਕਟ 1981 ਤੋਂ ਕਿਊਬਾ ਦੀ ਤਰਫੋਂ ਗੁਪਤ ਗਤੀਵਿਧੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਰੋਚਾਂ ਨੂੰ ਉਨ੍ਹਾਂ ਦੇ ਮਿਆਮੀ ਸਥਿਤਕਰ ਤੋਂ ਹੈਰਾਨ ਕਰਨ ਵਾਲੀ ਗ੍ਰਿਫਤਾਰੀ ਤੋਂ 6 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਸਜ਼ਾ ਸੁਣਾਈ ਗਈ ਇਸ ਕੇਸ ਨੇ ਕਿਊਬਾ ਦੀਆਂ ਖੁਫੀਆਂ ਸਿਵਾਮਾ ਦੀ ਸਤੂਜ ਬੂਜ ਨੂੰ ਰੇਖਾਂਕਿਤ ਕੀਤਾ ਜਿਸ ਨੇ ਅਮਰੀਕੀ ਸਰਕਾਰ ਦੇ ਉੱਚ ਪੱਧਰਾਂ ਵਿੱਚ ਨੁਕਸਾਨ ਦੇ ਕੁਸਪੈਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਤਗਾਸਾ ਨੇ ਕਿਹਾ ਕਿ ਰੋਚਾ ਦੀ ਡਬਲ ਕ੍ਰੋਸਿੰਗ ਦਾ ਸਾਲਾਂ ਤੋਂ ਪਤਾ ਨਹੀਂ ਲੱਗਾ ਕਿਉਂਕਿ ਆਈਵੀ ਲੀਗ ਸਿੱਖਿਤ ਡਿਪਲੋਮੈਟ ਨੇ ਗੁਪਤ ਰੂਪ ਦੇ ਵਿੱਚ ਕਿਊਬਾ ਦੇ ਸੰਚਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਅਮਰੀਕੀ ਅਧਿਕਾਰੀਆਂ ਨੂੰ ਆਪਣੇ ਸੰਪਰਕਾਂ ਬਾਰੇ ਗਲਤ ਜਾਣਕਾਰੀ ਦਿੱਤੀ ਹਿਊਸਟਨ ਦੇ ਪੱਛਮ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਪਿੰਡੂ ਕਸਬੇ ਵਿੱਚ ਇੱਕ ਵਪਾਰਕ ਵਾਹਨ ਟੈਕਸਾਸ ਵਿਭਾਗ ਦੇ ਪਬਲਿਕ ਸੇਫਟੀ ਦਫ਼ਤਰ ਨਾਲ ਟਕਰਾ ਗਿਆ ਜਿਸ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਟੈਕਸਾਸ ਡੀਪੀਐਸ ਅਧਿਕਾਰੀਆਂ ਨੇ ਐਕਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹਾਦਸਾ ਹਿਊਸਟਨ ਤੋਂ ਲਗਭਗ 75 ਮੀਲ ਪੱਛਮ ਦੇ ਵਿੱਚ ਸਥਿਤ ਬ੍ਰੈਂਹੈਮ ਟੈਕਸਾਸ ਵਿੱਚ ਏਜੰਸੀ ਦੇ ਦਫ਼ਤਰ ਵਿੱਚ ਵਾਪਰਿਆ ਅਧਿਕਾਰੀਆਂ ਨੇ ਕਿਹਾ ਕਿ ਕਈ ਗੰਭੀਰ ਸੱਟਾਂ ਦੀਆਂ ਰਿਪੋਰਟਾਂ ਨੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਜਾਂ ਸੱਟਾਂ ਲਗੀਆਂ ਹਨ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਦਰਅਸਲ ਬ੍ਰੈਂਪਟਨ ਦੇ ਵਿੱਚ ਸੜਕ ਪਾਰ ਕਰਦੇ ਸਮੇਂ ਟਰੱਕ ਨਾਲ ਟਕਰਾ ਜਾਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਗੁਜਰਾਤ ਦੇ ਦੇਹਗਾਮ ਦੇ ਸ਼ਾਵਾੜਾ ਪਿੰਡ ਦੇ ਮੀਤ ਪਟੇਲ ਵੱਜੋਂ ਹੋਈ ਹੈ ਮ੍ਰਿਤਕ ਮੀਤ ਪਟੇਲ 12ਵੀਂ ਪਾਸ ਕਰਨ ਤੋਂ ਬਾਅਦ 9 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ਾ ਤੇ ਕੈਨੇਡਾ ਗਿਆ ਸੀ ਮੀਤ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਵਿੱਚ ਰਹਿੰਦਾ ਸੀ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਉਹ ਵਾਲਮਾਰਟ ਵਿੱਚ ਕੰਮ ਵੀ ਕਰਦਾ ਸੀ ਜਦੋਂ ਸਵੇਰੇ ਉਹ ਵਾਲਮਾਰਟ ਤੇ ਕੰਮ ਲਈ ਜਾ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਕ੍ਰੈਡਿਟ ਵੈਲੀ ਨਾਮ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਥੋੜੇ ਸਮੇਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਬ੍ਰਿਟੇਨ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ ਪੰਜ ਨੌਜਵਾਨਾਂ ਨੂੰ ਇੱਕ 23 ਸਾਲਾ ਡਿਲੀਵਰੀ ਡਰਾਈਵਰ ਜੋ ਕਿ ਭਾਰਤੀ ਮੂਲ ਦਾ ਹੀ ਸੀ ਦੇ ਕਤਲ ਦਾ ਦੋਸ਼ੀ ਪਾਏ ਜਾਣ ਤੇ ਕੁੱਲ 122 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਪਿਛਲੇ ਸਾਲ ਅਗਸਤ ਵਿੱਚ ਪੱਛਮੀ ਇੰਗਲੈਂਡ ਦੇ 6 ਬਸਰੀ ਦੇ ਵਰਵਿਕ ਐਵੇਨਿਊ ਖੇਤਰ ਵਿੱਚ ਇੱਕ ਹਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁਜੀ ਸਥਾਨਕ ਵੈਸਟ ਮਰਸੀਆ ਪੁਲਿਸ ਨੇ ਔਰਮਨ ਸਿੰਘ ਨੂੰ ਘਟਨਾ ਸਥਾਨ ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿੱਚ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਰਸ਼ਦੀਪ ਸਿੰਘ ਜਗਦੀਪ ਸਿੰਘ ਸ਼ਿਵਦੀਪ ਸਿੰਘ ਅਤੇ ਮਨਜੂਤ ਸਿੰਘ ਨੂੰ ਕੁਹਾੜੀ ਹਾਕੀ ਸਟਿੱਕ ਅਤੇ ਬੇਲ ਛੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਇਹਨਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਇਹਨਾਂ ਸਾਰਿਆਂ ਨੂੰ ਘੱਟੋ ਘੱਟ 28 ਸਾਲਾਂ ਲਖਾਂ ਪਿੱਛੇ ਰਹਿਣਾ ਪਵੇਗਾ ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਹਮਲੇ ਵਿੱਚ ਮਦਦ ਕਰਨ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਭਾਰਤੀ ਮਿਲਦਾ ਕਾਰੋਬਾਰੀ ਤੇ ਪਾਇਲਟ ਗੋਪੀ ਥੋਟਾਕੁਰ Amazon ਦੇ ਸੰਸਥਾਪਕ ਜੈਫ ਬੇਜੋਸ ਤੇ ਬਲੂ origin ਦੇ NS25 ਮਿਸ਼ਨ ਵਿੱਚ ਸਲਾਨੀ ਵਜੋਂ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਬਣਨ ਵਾਲਾ ਹੈ ਥੋਟਾਕੁਰਾ ਮਿਸ਼ਨ ਦੇ ਲਈ ਚੁਣੇ 6 ਮੈਂਬਰਾਂ ਵਿੱਚੋਂ ਇੱਕ ਹੈ ਇਸ ਨਾਲ ਉਹ 1984 ਵਿੱਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਰਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਮਿਸ਼ਨ ਤੈਤ ਗਏ ਸੀ ਜਦਕਿ ਗੋਪੀ ਸੇਰਸ ਪਾਟੇਲੇ ਜਾਣ ਵਾਲਾ ਪਹਿਲਾ ਭਾਰਤੀ ਹੈ ਉਡਾਣ ਦੀ ਮਿਤੀ ਦਾ ਐਲਾਨ ਨਹੀਂ ਹੋਇਆ की की, वारे वारे 2005, 2050 ਦੇ ਵਿੱਚ ਵਿਸ਼ਵ ਦੀ ਆਰਥਿਕਤਾ ਕੀ ਹੋਏਗੀ ਅਤੇ ਕਿਹੜੀਆਂ ਮਹਾਸ਼ਕਤੀਆਂ ਦੁਨੀਆ ਉੱਤੇ ਰਾਜ ਕਰਨਗੀਆਂ ਇਸ ਬਾਰੇ ਪ੍ਰਾਈਜ਼ ਵਾਟਰ ਹਾਊਸ ਕੂਪਰਸ ਇੰਟਰਨੈਸ਼ਨਲ ਲਿਮਟਿਡ ਦਾ ਪੀ ਡਬਲ ਜੀ ਯੂ ਸੀ ਨੇ ਵਰਲਡ ਇਨ 2050 ਯਾਨੀ ਕਿ 2050 ਨਾਮ ਦੀ ਰਿਪੋਰਟ ਤਿਆਰ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ 2050 ਤੱਕ ਉੱਪਰ ਦੀਆਂ ਅਰਥ ਵਿਵਸਥਾਵਾਂ ਜਾਂ ਵਿਕਾਸਸ਼ੀਲ ਦੇਸ਼ ਉਨਰਤ ਅਰਥ ਵਿਵਸਥਾ ਜਾਂ ਵਿਕਸਿਤ ਦੇਸ਼ਾਂ ਨੂੰ ਪਛਾੜ ਦੇਣਗੇ ਪੀ ਡਬਲ ਜੀ ਯੂ ਸੀ ਨੇ ਸਾਲ 2017 ਵਿੱਚ ਇਹ ਰਿਪੋਰਟ ਜਾਰੀ ਕੀਤੀ ਸੀ ਅਤੇ ਕਹਿਆ ਸੀਗਾ ਕਿ 2050 ਤੱਕ ਵਿਸ਼ਵ ਅਰਥ ਵਿਵਸਥਾ ਦੁਗਣੀ ਤੋਂ ਵੱਧ ਹੋ ਚਾਹੇਗੀ ਜਿਸ ਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੋਏਗੀ ਰਿਪੋਰਟ ਦੇ ਮੁਤਾਬਕ 26 ਸਾਲਾਂ ਬਾਅਦ ਗਲੋਬਲ ਅਰਥ ਵਿਵਸਥਾ 130% ਰਹੇਗੀ पीडब्ल्यूਜੀਸੀ ਦੁਨੀਆ ਦੀਆਂ ਚੋਟੀ ਦੀਆਂ ਅਕਾਊਂਟੈਂਸੀ ਫਰਮਾਂ ਦੇ ਵਿੱਚੋਂ ਇੱਕ ਹੈ E77 ਵਿਕਾਸਸ਼ੀਲ ਦੇਸ਼ਾਂ ਦਾ ਸਮੂਹ ਹੈ ਜਦਕਿ G7 ਵਿਕਸਿਤ ਦੇਸ਼ਾਂ ਦਾ ਸਮੂਹ ਹੈ E7 ਦੇ ਵਿੱਚ ਭਾਰਤ ਚੀਨ ਬੰਗਲਾਦੇਸ਼ ਇండోਨੇਸ਼ੀਆ ਪਾਕਿਸਤਾਨ ਵਿਅਤਨਾਮ ਅਤੇ ਈਐਨਜੀ ਗਿਆ ਸ਼ਾਮਲ ਨੇ ਇਸ ਦੇ ਨਾਲ ਹੀ ਜੀ7 ਦੇ ਵਿੱਚ ਸੰਯੁਕਤ ਰਾਜ ਬ੍ਰਿਟੇਨ ਜਪਾਨ ਜਰਮਨੀ ਫਰਾਂਸ ਕੈਨੇਡਾ ਅਤੇ ਇਟਲੀ ਸ਼ਾਮਲ ਨੇ ਇਹ 7 ਦੇਸ਼ਾਂ ਦੀ ਅਰਥ ਵਿਵਸਥਾ ਜੀ7 ਦੇ ਮੁਕਾਬਲੇ ਲਗਭਗ ਦੁੱਗਣੀ ਤੇਜ਼ੀ ਨਾਲ ਵਧੇਗੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਤੋਂ 2050 ਦੇ ਦਰਮਿਆਨ ਸਾਲਾਨਾ ਜੀ7 ਦੇਸ਼ਾਂ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਸੰਖਿਆ 'ਚ 0.3 ਫੀਸਦੀ ਦੀ ਨਕਾਰਾਤਮਕ ਵਾਧੇ ਕਾਰਨ ਇਹ ਦੇਸ਼ ਆਰਥਿਕ ਵਿਕਾਸ ਦੇ ਮਾਮਲੇ 'ਚ ਝੇਠਾ ਆ ਜਾਣਗੇ ਇਹ ਵੀ ਅੰਦਾਜ਼ਾ ਲਗਾਇਆ ਗਿਆ ਸਿਗਾ ਕਿ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੀ ਜੀਡੀਪੀ 10% ਦੀ ਵਾਹਟਾਂ ਆ ਜਾਏਗੇ ਯੂਰੋਪੀਅਨ ਯੂਨੀਅਨ 28 ਯੂਰੋਪੀਅਨ ਦੇਸ਼ਾਂ ਦਾ ਇੱਕ ਸਮੂਹ ਹੈ ਜਿਸ ਵਿੱਚ फ्रांस ब्रिटेन जर्मनी ग्रीस ऑस्ट्रेलिया ਵਰਗੇ ਦੇਸ਼ ਸ਼ਾਮਲ ਨੇ ਜਿੱਕਰ ਰਿਪੋਰਟ ਦੀ ਇਹ ਪਵਿਕਵਾਣੀ ਸਹੀ ਸਾਬਤ ਹੁੰਦੀ ਹੈ ਤਾਂ ਵਿਸ਼ਵ ਅਰਥਵਿਵਸਥਾ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ 1995 ਤੋਂ ਇਹ 7 ਦੇਸ਼ਾਂ ਦੀ ਆਰਥਿਕਤਾ ਜੀ7 ਦੇ ਮੁਕਾਬਲੇ ਅੱਧੀ ਰਹਿ ਗਈ ਹੈ ਪਰ 2050 ਤੱਕ ਇਹ ਸਥਿਤੀ ਉਲਟ ਹੋਣ ਦੀ ਉਮੀਦ ਹੈ ਦੁਨੀਆ ਦਾ ਸਭ ਤੋਂ ਵੱਡਾ ਇਕਨੋਮਿਕ ਕਿਹੜਾ ਦੇਸ਼ ਹੋਏਗਾ ਅਮਰੀਕਾ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ 2050 ਤੱਕ ਇਹ ਤੀਜੇ ਸਥਾਨ ਤੇ ਆ ਜਾਏਗਾ ਜਦਕਿ ਚੀਨ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਪਹਿਲੇ ਸਥਾਨ ਤੇ ਹੋਏਗਾ ਦੁਨੀਆ ਦੀ ਕੁੱਲ ਅਰਥ ਵਿਵਸਥਾ ਦੇ ਵਿੱਚ ਇਸ ਦਾ 20% ਦਾ ਹਿੱਸਾ ਹੋਏਗਾ ਕੈਨੇਡਾ ਵਿੱਚ ਭਤੀਜੇ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਐਡਮਿੰਟਨ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਦੋਸ਼ੀ ਗਮਦੂਰ ਬਰਾੜ ਉੱਤੇ ਪੱਤੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਵੀ ਇਲਜ਼ਾਮ ਸੀ ਉਮਰ ਕੈਦ ਦੀ ਸਜ਼ਾ ਦੌਰਾਨ ਗੰਦੂਰ ਬਰਾੜ ਨੂੰ 16 ਤੱਕ ਜਿਹੜੀ ਹੈ ਪਰੋਲ ਨਹੀਂ ਮਿਲ ਸਕੇਗੀ ਜਾਨਿ ਕਿ ਸੋਨਾ ਸਾਲ ਤੱਕ ਜ਼ਿਕਰਯੋਗ ਹੈ ਕਿ ਬਰਾੜ ਨੂੰ ਪੁਲਿਸ ਦੇ ਵੱਲੋਂ 7 ਮਈ 2021 ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਨੇ ਇਸ ਕੇਸ ਵਿੱਚ ਸਤੰਬਰ 2023 ਉਸ ਨੂੰ ਕਤਲ ਦਾ ਦੋਸ਼ੀ ਪਾਇਆ ਸੀ ਜਾਣਕਾਰੀ ਦੇ ਅਨੁਸਾਰ ਜਾਣਕਾਰੀ ਦੇ ਮੁਤਾਬਕ ਬਰਾੜ ਨੇ ਭਾਰੀ ਆਵਾਜਾਈ ਵਾਲੀ ਸੜਕ ਤੇ ਆਪਣੀ ਪਤਨੀ ਤੇ ਭਤੀਜੇ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਸੀ ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਪਾਇਆ ਗਿਆ ਇਸ ਹਮਲੇ ਦੇ ਵਿੱਚ ਉਸ ਦੀ ਪਤਨੀ ਦੇ ਭਤੀਜੇ ਮਨ ਜੋਤ ਸਿੰਘ ਪਠੱਲ ਦੀ ਮੌਤ ਹੋ ਗਈ ਸੀ ਅਦਾਲਤ ਦੇ ਵਿੱਚ ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਗਮਦੂਰ ਬਰਾੜ ਘਟਨਾ ਸਮੇਤ ਨਾ ਦਾ ਸ਼ਿਕਾਰ ਸੀ ਅਦਾਲਤ ਨੇ ਇਸ ਘਟਨਾ ਨੂੰ ਬੇਰਹਿਮੀ ਵਾਲੀ ਤੇ ਲੋਕਾਂ ਵਿੱਚ ਡਰ ਪੈਦਾ ਕਰਨ ਵਾਲੀ ਦੱਸਿਆ ਹੈ ਇਸ ਘਟਨਾ ਤੋਂ ਪਹਿਲਾਂ ਬਰਾੜ ਨੇ ਪੁਲਿਸ ਨੂੰ ਆਪਣੀ ਪਤਨੀ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਪੁਲਿਸ ਨੇ ਉਸ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦੇ ਲਈ ਕਿਹਾ ਸੀ ਜਦਕਿ ਲਗਭਗ ਅੱਧੇ ਤੇ ਘੰਟੇ ਬਾਅਦ ਹੀ ਗਮਦੂਰ ਬਰਾੜ ਨੇ ਆਪਣੀ ਪਤਨੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਮ੍ਰਿਤਕ ਹਰਮਨ ਜੋਤ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਪਠਲਾ ਨਾਲ ਸੰਬੰਧਿਤ ਸੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਇਜ਼ਰਾਈਲੀ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ 100 ਤੋਂ ਵੱਧ ਡਰੋਨ ਅਤੇ ਦਰਜਨਾ ਮਿਜ਼ਾਈਲਾਂ ਤਿਆਰ ਕੀਤੀਆਂ ਨੇ ਈਰਾਨ ਦੇ ਵਿੱਚ ਕਰੂਜ਼ ਮਿਜ਼ਾਈਲਾਂ ਤੇ ਡਰੋਨਾਂ ਨਾਲ ਜੁੜੇ ਅਪਡੇਟ ਨੂੰ ਟਰੈਕ ਕੀਤਾ ਗਿਆ ਹੈ ਹਾਲਾਂਕਿ ਈਰਾਨ ਹਾਰਮੁਜ਼ ਦਰੇ ਨੂੰ ਰੋਕ ਸਕਦਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਦੁਨੀਆ ਵਿੱਚ ਤੇਲ ਦੀ ਸਪਲਾਈ ਵਿੱਚ ਵਿਗਨ ਪੈ ਜਾਏਗਾ ਦੁਨੀਆ ਦਾ 20% ਤੇਲ ਇਸ ਰਸਤੇ ਰਾਹੀਂ ਲਜਾਇਆ ਜਾਂਦਾ ਹੈ ਇਜ਼ਰਾਈਲ ਵੇ ਈਰਾਨ ਦੇ ਹਮਲੇ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਬੈਂਜਾਮਿਨ ਨਿਥਨ ਉਨੇ ਯੁੱਧ ਮੰਤਰੀ ਮੰਡਲ ਬਣਾਇਆ ਹੈ ਆਮ ਨਾਗਰਿਕਾਂ ਨੇ ਵੀ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜੇਰੂਸ਼ਲਮ, ਤੈਲ ਅਵੀਵ ਅਤੇ ਹੋਰ ਸ਼ਹਿਰਾਂ ਵਿੱਚ ਲੋਕ ਸ਼ਾਪਿੰਗ ਸੈਂਟਰਾਂ ਤੋਂ ਖਾਣ-ਪੀਣ ਦੀਆਂ ਵਸਤੂਆਂ ਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਦੇ ਲਈ ਲਾਈਨਾਂ ਵਿੱਚ ਖੜੇ ਦੇਖੇ ਗਏ। ਇਸ ਦੇ ਨਾਲ ਹੀ ਹਮਲਿਆਂ ਤੋਂ ਬਚਣ ਦੇ ਲਈ ਲੋਕ ਆਪਣੇ ਜ਼ਮੀਨ-ਦੋਸ਼ ਕਮਰਿਆਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਵਾ ਰਹੇ ਨੇ। ਹਮਲੇ ਦੇ ਡਰੋਂ ਕੱਚਾ ਤੇ ਲੱਕ ਫੀਸ ਦੀ ਵਧਿਆ, ਪ੍ਰਤੀ ਵੈਰਲ ਦੀ ਕੀਮਤ 85 ਤੋਂ ਵੱਧ ਕੇ 90 ਡਾਲਰ ਹੋ ਗਈ। ਨੀਦਰਲੈਂਡ ਨੇ ਤਹਿਰਾਨ ਵਿੱਚ ਆਪਣਾ ਦੂਤਵਸ ਬੰਦ ਕਰ ਦਿੱਤਾ। ਆਸਟ੍ਰੇਲੀਆ ਨੇ ਪਠਾਨ ਤੋਂ ਲੰਡਨ ਲਈ ਉਡਾਣਾਂ ਦਾ ਰੂਟ ਬਦਲ ਦਿੱਤਾ। ਜਿੱਥੇ ਅਚਾਨਕ ਸ਼ਨੀਵਾਰ ਨੂੰ ਹਮਲੇ ਹੋਏ ਉੱਥੇ ਈਰਾਨ ਨੇ ਅਚਾਨਕ ਕਦਮ ਚੁੱਕਦੇ ਹੋਏ ਐਤਵਾਰ ਤੜਕੇ ਇਜ਼ਰਾਈਲ ਉੱਤੇ ਹਮਲੇ ਵੀ ਕੀਤੇ ਅਤੇ ਉਸ ਉੱਤੇ ਸੈਂਕੜੇ ਡਰੋਨ ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਫੌਜ ਦੇ ਬੁਲਾਰੇ ਨੇ ਦੱਸਿਆ ਕਿ 300 ਤੋਂ ਜ਼ਿਆਦਾ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਚੋਂ 99% ਹਵਾ 'ਚ ਨਸ਼ਟ ਹੋ ਗਈਆਂ। ਈਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਖੇਤਰੀ ਜੰਗ ਦੇ ਨੇੜੇ ਟੱਕ ਦਿੱਤਾ ਹੈ। ਹਮਲੇ ਦੇ ਬਾਅਦ ਤੋਂ ਇਜ਼ਰਾਈਲ ਵਿੱਚ ਹਰ ਪਾਸੇ ਸਾਇਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਜੀ ਹਾਂ ਨਾਲ ਦੇ ਨਾਲ ਈਰਾਨ ਇਸ ਸਰੀਆ ਵਿੱਚ ਇਰਾਨੀ ਕੌਂਸੂਲੇਟ ਤੇ 1 ਕਪ੍ਰੈਲ ਨੂੰ ਹੋਏ ਹਵਾਈ ਹਮਲੇ ਵਿੱਚ ਦੋ ਇਰਾਨੀ ਜਰਨਲਾਂ ਦੇ ਮਾਰੇ ਜਾਣ ਤੋਂ ਬਾਅਦ ਬਦਲਾ ਲੈਣ ਦੀ ਸੌਖਾ ਦੀ ਸੀ ਇਰਾਨ ਨੇ ਹਮਲੇ ਪਿੱਛੇ ਇਜ਼ਰਾਇਲ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ ਹਾਲਾਂਕਿ ਇਜ਼ਰਾਇਲ ਨੇ ਇਸਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਨਾਲ ਦੇ ਨਾਲ ਇਹ ਜਿਹੜੀ ਹੈ ਦੇਸ਼ ਦੀ 1900 79 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੋਈ ਹਧਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਈਰਾਨ ਨੇ ਇਜ਼ਰਾਈਲ ਤੇ ਸਿੱਧਾ ਹਮਲਾ ਕੀਤਾ ਹੈ ਅਮਰੀਕਾ ਸੰਯੁਕਤ ਰਾਸ਼ਟਰ ਫਰਾਂਸ ਬ੍ਰਿਟੇਨ ਆਦਿ ਦੇਸ਼ਾਂ ਨੇ ਈਰਾਨ ਦੇ ਇਜ਼ਰਾਈਲ ਤੇ ਹਮਲੇ ਦੀ ਨਿੰਦਾ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਸ਼ਿੰਗਟਨ ਵਿੱਚ ਕਿਹਾ ਕਿ ਅਮਰੀਕੀ ਫੌਜ ਨੇ ਇਜ਼ਰਾਈਲ ਨੂੰ ਲਗਭਗ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗਣ 'ਚ ਮਦਦ ਕੀਤੀ ਹੈ ਉਹਨਾਂ ਨੇ ਤਾਲਮੇਲ ਕਾਰਵਾਈ ਦੇ ਲਈ ਸਾਥੀਆਂ ਦੀ ਮੀਟਿੰਗ ਬੁਲਾਈ ਹੈ ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਰੀਲ ਨੇ ਕਿਹਾ ਕਿ ਈਰਾਨ ਨੇ ਵੱਡੀ ਗਿਣਤੀ ਵਿੱਚ ਡਰੋਨ ਕਰੂਜ਼ ਮਿਜ਼ਾਈਲਾਂ ਤੇ ਬਲੇਸਟਿਕ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲ ਦੀਆਂ ਸਰਹੱਦਾਂ ਤੋਂ ਬਾਹਰ ਤਬਾਹ ਹੋ ਗਈਆਂ ਉਹਨਾਂ ਨੇ ਕਿਹਾ ਕਿ ਜੰਗੀ ਜਹਾਜ਼ਾਂ ਨੇ ਇਜ਼ਰਾਈਲੀ ਹਵਾਈ ਖੇਤਰ ਤੇ ਬਾਹਰ ਦਾਸ ਤੋਂ ਬਾਅਦ ਕਰੂਜ਼ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਪਰ ਕੁਝ ਮਿਜ਼ਾਈਲਾਂ ਇਜ਼ਰਾਈਲ ਵਿੱਚ ਡਿੱਗੀਆਂ ਬਚਾਅ ਕਰਤਾਵਾਂ ਨੇ ਦੱਸਿਆ ਇਹ ਦੱਖਣੀ ਇਜ਼ਰਾਈਲ ਦੇ ਇੱਕ ਬੇਦੋਇਨ ਅਰਬ ਕਸਵੇ ਵਿੱਚ ਇੱਕ ਹਮਲੇ 'ਚ ਇੱਕ 10 ਸਾਲ ਦੀ ਬੱਚੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ। ਹੈਗਰੀਨੇ ਦੱਸਿਆ ਕਿ ਇੱਕ ਹੋਰ ਮਿਜ਼ਾਇਲ ਫੌਜੀ ਅੱਡੇ ਤੇ ਡਿੱਗੀ ਜਿਸ ਨਾਲ ਉੱਥੇ ਮਾਮਲੀ ਨੁਕਸਾਨ ਹੋਇਆ। ਈਰਾਨ ਨੇ ਇੱਕ ਵੱਡਾ ਹਮਲਾ ਕੀਤਾ ਹੈ ਅਤੇ ਤਣਾਅ ਵਧਾਇਆ ਹੈ। ਇਹ ਪੁੱਛੇ ਜਾਣਤੇ ਕਿ ਕੀ ਇਜ਼ਰਾਈਲ ਹਮਲੇ ਦਾ ਜਵਾਬ ਦੇਗਾ? ਉਹਨਾਂ ਨੇ ਕਿਹਾ ਕਿ ਫੌਜ ਇਜ਼ਰਾਈਲ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੈ ਉਹ ਕਰੇਗੀ। ਬੁਲਾਰੇ ਨੇ ਕਿਹਾ ਕਿ ਹਮਲਾ ਅਜੇ ਖਤਮ ਨਹੀਂ ਹੋਇਆ ਅਤੇ ਦਰਜਨਾ ਇਜ਼ਰਾਈਲੀ ਲੜਾਕੂ ਜਹਾਜ਼ ਅਸਮਾਨ ਵਿੱਚ ਚੱਕਰ ਲਗਾ ਰਹੇ ਸਨ ਅਮਰੀਕੀ ਰੱਖਿਆ ਅਧਿਕਾਰੀ ਅਤੇ ਦੋ ਅਧਿਕਾਰੀ ਜਿਹੜੇ ਮੁਤਾਬਕ ਉਹਨਾਂ ਦੇ ਹਿਸਾਬ ਨਾਲ ਅਧਿਕਾਰੀ ਫੌਜ ਨੇ ਈਰਾਨ ਵੱਲੋਂ ਇਜ਼ਰਾਈਲ ਵੱਲ ਦਾਗੇ ਗਏ ਕੁਝ ਡਰੋਨਾਂ ਨੂੰ ਡੇਗ ਦਿੱਤਾ ਸੀ ਇਜ਼ਰਾਈਲੀ ਫੌਜ ਨੇ ਕਿਹਾ ਕਿ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗਣ ਵਾਲੇ ਉਸਦੇ ਐਰੋ ਸਿਸਟਮ ਨੂੰ ਜ਼ਿਆਦਾਤਰ ਮਿਜ਼ਾਈਲਾਂ ਤੇ ਡਰੋਨ ਨੂੰ ਹਵਾਚੀਨਸ਼ਟ ਕਰ ਦਿੱਤਾ ਅਤੇ ਇਸ ਵਿੱਚ ਰਣਨੀਤਿਕ ਪਾਈਵਾਲਾਂ ਦੀ ਮਦਦ ਕੀਤੀ ਗਈ ਇਜ਼ਰਾਈਲ ਅਤੇ ਹਮਾਸ ਵਿਚਾਲੇ 6 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਤੇ ਇਸ ਨੂੰ ਲੈ ਕੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਕਾਫੀ ਤਣਾਅ ਸੀ ਯੁੱਧ ਸ਼ੁਰੂ ਹੋਣ ਦੇ ਕੁਝ ਦਿਨ ਬਾਅਦ ਹੀ ਲਿਬਨਾਨ ਵਿੱਚ ਈਰਾਨ ਸਮਰਥ ਤੱਤਵਾਦੀ ਸਮੂਹ ਹਿਜ਼ਬੁੱਲਾ ਨੇ ਇਜ਼ਰਾਈਲ ਦੀ ਉੱਤਰੀ ਸਰਹੱਦ ਤੇ ਹਮਲਾ ਕੀਤਾ ਅਤੇ ਇਸ ਤੋਂ ਬਾਅਦ ਦੋਵੇਂ ਧਿਰਾਂ ਲਗਭਗ ਰੋਜ਼ਾਨਾ ਇੱਕ ਦੂਜੇ ਦੇ ਟਿਕਾਣਿਆਂ ਤੇ ਹਮਲੇ ਕਰ ਰਹੀਆਂ ਨੇ ਇਰਾਕ, ਸੀਰੀਆ ਅਤੇ ਯਮਨ ਵਿੱਚ ਈਰਾਨ ਸਮਰਥਿਤ ਸਮੂਹ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਰਾਕਟ ਅਤੇ ਮਿਜ਼ਾਈਲਾਂ ਦਾਗ ਰਹੇ ਨੇ ਸਥਿਤੀ ਪਹਿਲਾਂ ਵੀ ਕਾਫੀ ਗੰਭੀਰ ਸੀ ਅਤੇ ਹੁਣ ਈਰਾਨ ਦੇ ਸਿੱਧੇ ਹਮਲੇ ਤੋਂ ਬਾਅਦ ਇੱਕ ਖਤਰਨਾਕ ਸਥਿਤੀ ਪਹੁੰਚ ਗਈ ਹੈ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਐਤਵਾਰ ਤੜਕੇ ਗੱਲਬਾਤ ਵੀ ਕੀਤੀ ਸੀ ਬਾਈਡਨ ਨੇ ਇੱਕ ਬਿਆਨ ਕਿਹਾ ਸੀ ਕਿ ਉਹਨਾਂ ਨੇ ਇਜ਼ਰਾਈਲ ਦੀ ਸੁਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਇਆ ਬਾਈਡਨ ਨੇ ਕਿਹਾ ਸੀ ਕਿ ਇਜ਼ਰਾਈਲ ਦੀ ਮਦਦ ਦੇ ਲਈ ਉਹਨਾਂ ਦੇ ਨਿਰਦੇਸ਼ਾਂ ਤੇ ਅਮਰੀਕੀ ਫੌਜ ਨੇ ਪਿਛਲੇ ਹਫਤੇ ਖੇਤਰ ਵਿੱਚ ਹਵਾਈ ਜਹਾਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਰੱਖਿਆ ਵਿਨਾਸ਼ਕ ਭੇਜੇ ਸੀ ਉਹਨਾਂ ਨੇ ਕਿਹਾ ਇਨ੍ਹਾਂ ਤਨਾਤੀਆਂ ਅਤੇ ਸਾਡੇ ਸੈਨਿਕਾਂ ਦੀ ਕੁਸ਼ਲਤਾ ਦੇ ਕਾਰਨ ਅਸੀਂ ਲਗਭਗ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਕਣ ਵਿੱਚ ਇਜ਼ਰਾਈਲ ਦੀ ਮਦਦ ਕਰਨ ਦੇ ਯੋਗ ਹੋ ਗਏ ਇਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ